ਜੈ ਸ਼੍ਰੀ ਰਾਮ ਮੈਂ ਅੰਕਿਤ ਖੋਸਲਾ ਸ਼ਿਵਾ ਸੈਨਾ ਤੋਂ ਰਾਸ਼ਟਰਪਤੀ ਪ੍ਰਧਾਨ ਅੰਮ੍ਰਿਤਸਰ ਤੋਂ ਬੀਤੇ ਦਿਨੀ ਜੋ ਕਿ ਚੰਡੀਗੜ੍ਹ ਦੇ ਮੁਹਾਲੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਸਾਡੀ ਮਾਨਯੋਗ ਪੁਲਿਸ ਪ੍ਰਸ਼ਾਸਨ ਉੱਤੇ ਜੋ ਕਿ ਹਮਲਾ ਕੀਤਾ ਗਿਆ ਵਾ ਖਾਲਿਸਤਾਨੀ ਕੱਟਰ ਬੰਥੀਆਂ ਵੱਲੋਂ ਜੋ ਕਿ ਹਮਲਾ ਕੀਤਾ ਗਿਆ ਵਾ ਸਰਕਾਰੀ ਚੀਜ਼ਾਂ ਅਦਵਸਤ ਕੀਤੀਆਂ ਗਈਆਂ ਵਾ ਉਹਦੀ ਅਸੀਂ ਸਖਤ ਸ਼ਬਦਾਂ 'ਚ ਵਿਰੋਧ ਜੇ ਪੁਲਿਸ ਪ੍ਰਸ਼ਾਸਨ ਸੇਵ ਨਹੀਂ ਹੈ ਤੇ ਆਮ ਜਨਤਾ ਕਿਤੇ ਸੇਵ ਹੈ ਸਾਡੇ ਪੰਜਾਬ ਦਾ ਆਏ ਦਿਨ ਮਾਹੌਲ ਖਰਾਬ ਕੀਤਾ ਜਾ ਰਿਹਾ ਖਾਲਿਸਤਾਨੀ ਕੱਟੜਵਾਦੀ ਸੋਚ ਵਾਲੋ ਬੀਤੇ ਦਿਨੀ ਸਾਡੇ ਆਈਡਲ ਦੀਏ ਸੁਰੀ ਸਾਡੇ ਆਈਡਲ ਨੇ ਉਹ Hindu ਦਰਮਰੀ ਸ਼ਹੀਦ ਹੋਏ ਨੇ ਸਾਡੇ ਦਿਲਾਂ ਵਿੱਚ ਸੁਦੀਰ ਸੁਰੀ ਹਮੇਸ਼ਾ ਸ਼ਹੀਦ ਰਹਿਣਗੇ ਕੁਝ ਖਾਲਿਸਤਾਨੀ ਕੱਟੜਵਾਦੀ ਬੰਦਿਆ ਵੋ ਲੋਕ ਜੋ ਕੀ ਪੰਜਾਬ ਦਾ ਸਾਡਾ ਮਾਹੌਲ ਖਰਾਬ ਕੀਤਾ ਜਾ ਰਿਹਾ ਉਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਇਹਨਾਂ ਉਤੇ ਨਕੇਲ ਨਾ ਕਸੀ ਤੇ ਸ਼ਿਵਸਾਣਾ ਜਲਦ-ਜਲਦ ਇਹਨਾਂ ਖਿਲਾਫ ਰੋਸ ਪ੍ਰਦਰਸ਼ਨ ਵੀ ਕਰੇਗੀ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਜੋ ਕਿ ਬੀਤੇ ਦਿਨੀ ਵਰੂਨ ਟੈਂਕ ਦੇ ਉੱਤੇ ਸਰਕਾਰੀ ਸੰਪਤੀ ਦੇ ਉੱਤੇ ਵਰੂਨ ਟੈਂਕ ਉੱਤੇ ਕੁਝ ਖਾਲਿਸਤਾਨੀਆਂ ਵੱਲੋਂ ਚੜ ਕੇ ਖਾਲਿਸਤਾਨ ਦਾ ਝੰਡਾ ਲਗਾ ਕੇ ਇਹ ਸਾਬਿਤ ਕੀਤਾ ਗਿਆ ਵਾ ਕਿ ਜੋ ਕਿ ਪੰਜਾਬ ਚ ਮਾਹੌਲ ਖਾਲਿਸਤਾਨ ਦਾ ਬਣਾਇਆ ਜਾ ਰਿਹਾ ਵਾ ਇਸਾਨੀ ਕੱਟਰਵਾਦੀਆਂ ਵੱਲੋਂ ਸਰਕਾਰੀ ਸੰਪਤੀ ਦਾ ਨੁਕਸਾਨ ਕੀਤਾ ਗਿਆ ਵਾ ਪੁਲਿਸ ਵੱਲੋਂ ਜੋ ਕਿ ਉਹਨਾਂ ਨੂੰ ਰੋਕਿਆ ਗਿਆ ਲੇਕਿਨ ਉਲਟਾ ਪੁਲਸ ਦੇ ਹੱਥੀ ਬਹਿ ਕੇ ਉਹਨਾਂ ਦੀਆਂ ਜੈਗੜਾ ਹੋਈਆਂ ਗਈਆਂ